ਲਓ ਜੀ ਪਹੁੰਚ ਗਏ ਆਪਾਂ ਸਕੂਲ ਸਕੂਲ ਤੇ ਜਿੱਥੇ ਪੜ੍ਹਦੇ ਰਹੇ ਇਹ ਤਾਂ ਇੱਥੇ ਜਿੱਥੇ ਸਕੂਲੋਂ ਨੇ ਪੜ੍ਹੇ ਬਸ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਮੈਂ ਸਾਰੀਆਂ ਖਿੜਕੀਆਂ ਦਾ ਜਿਵੇਂ ਲੱਗਦਾ ਮੈਂ ਮੇਰੀ ਆਜ ਨਹੀਂ ਜਿੱਦੇ ਜਾਗਦੀ ਅੱਜ ਮੇਰੇ ਸਾਹਮਣੇ ਬੋਲਦੀਆਂ ਪਈ ਖਿੜਕੀ ਨਹੀਂ ਸਕਦਾ ਤਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਉਸਤਾਦ ਤੁਹਾਡੇ ਕਿਸ ਨਾਂ ਤੋਂ ਬੁਲਾਉਂਦੇ ਸੀ ਮੈਨੂੰ ਸਾਧ ਛਟਾਕੀ ਕਹਿੰਦੇ ਸੀ ਮੇਰਾ ਵਜ਼ਨ ਛੁੱਟੇ ਦਾ ਹੁਣ ਹੀ ਕਦਮ ਉੱਤੇ ਮੇਰਾ ਉੱਡਣਾ ਹੀ ਹੈਗਾ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ ਇੰਨਾ ਵੱਡਾ ਬਿਲਕੁਲ ਇੱਥੇ ਇਸ ਜਗ੍ਹਾ ਤੇ ਜ਼ਮਾਨ ਖਾਨ ਸਾਹਿਬ ਬੈਠਦੇ ਹੁੰਦੇ ਸਨ ਬਿਨਾਂ ਕਸੂਰੋਂ ਪੀ ਨਹੀਂ ਸਕਦਾ ਹਰ ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ ਇੱਥੋਂ ਇਲਮ ਇੱਥੋਂ ਹੀ ਇਲਮ ਹਾਸਲ ਹੋਇਆ ਇਲਮ ਦੇ ਸਦਕੇ ਹੀ ਨਸੀਬ ਜਿੱਥੇ ਲੈ ਜਾਣ ਜਾਣਾ ਵੀ ਪੈਂਦਾ ਨਸੀਬ ਇੱਥੋਂ ਲੈ ਗਿਆ ਪਰ ਲਿਖਿਆ ਪੜ੍ਹਿਆ ਇੱਥੋਂ ਦਾ ਹੀ ਕੰਮ ਆ ਰਿਹਾ ਆਪ ਪਹਿਲੇ ਤਸ਼ਰੀਫ ਰੱਖੀਏ ਆਪ ਮਾਲਿਕ ਹੈ ਇਲਮ ਦਿੱਤੇ ਦੁਨੀਆਂ ਕੋ ਇਲਮ ਦਿੱਤੇ ਹੈ ਇੱਥੋਂ ਗਿਆ ਤੇ ਹਾਲੀ ਇਹਨੂੰ ਵੀ ਆਪਣਾ ਮੁਲਕ ਸਮਝਣਾ ਵੱਡਾ ਮੁਲਕ ਮੇਰਾ ਇਹ ਹੈ ਜਿੱਥੋਂ ਮੈਂ ਨਿਕਲ ਕੇ ਗਿਆ ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ ਸਾਡੇ ਪਿੰਡ ਦੀ ਸੰਤੀ ਵਰਗਾ ਮੇਲਾ ਸੂਟੀਏ ਨਾਇਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਉਸਤਾਦਾਂ ਦੀ ਜਿਹੜੀ ਸਖਤੀ ਨੂੰ ਬਰਦਾਸ਼ਤ ਕਰੋ ਮੈਂ ਇੱਕੋ ਹੀ ਗੱਲ ਕਹਿਣੀ ਹੈ ਉਹ ਤੁਹਾਡੇ ਜ਼ਿੰਦਗੀਆਂ ਬਣਾ ਦੇਣਗੀਆਂ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਦੋਸਤੋ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ ਸਾਡੇ ਚੈਨਲ ਪੰਜਾਬੀ ਲਹਿਰ 'ਤੇ ਕੋਸ਼ਿਸ਼ ਕਰਦੇ ਰਹੀਦਾ ਵਾ ਅਤੇ ਜਿਹੜੇ ਲੋਕ ਇੱਧਰੋਂ ਉੱਧਰ ਉੱਠ ਕੇ ਗਏ ਨੇ ਉੱਧਰੋਂ ਇੱਧਰ ਇੱਕ ਦੂਜੇ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਣ ਦੇ ਉਹਨਾਂ ਦੇ ਯਾਰਾਂ ਦੋਸਤਾਂ ਤੱਕ ਉਹਨਾਂ ਨੂੰ ਮਿਲਾਉਣ ਦੀ ਇੱਕ ਕੋਸ਼ਿਸ਼ ਕਰਦੇ ਰਹੀਦਾ ਅੱਜ ਅਸੀਂ ਜਾ ਰਹੇ ਹਾਂ ਸਰਗੋਧਾ ਦਾ ਇੱਕ ਪਿੰਡ ਆ ਬਦਰ ਪਾਉਣ ਉਹਦੇ ਨਾਲ ਮੈਟਾ ਸਕੂਲ ਹੈ ਇਹ ਬਜ਼ੁਰਗ ਸਾਡੇ ਕੋਲ ਆਏ ਨੇ ਕੈਨੇਡਾ ਤੋਂ ਉਹਨਾਂ ਇਸ ਸਕੂਲ ਦੇ ਵਿੱਚੋਂ ਤਾਲੀਮ ਹਾਸਲ ਕੀਤੀ ਉਹ ਸਕੂਲ ਤੋਂ ਪੜ੍ਹ ਕੇ ਗਏ ਨੇ ਸੋ ਉਸ ਸਕੂਲ ਦੇ ਵਿੱਚ ਅਸੀਂ ਪਹੁੰਚੇ ਅੱਜ ਮੈਟਾ ਸਾਹੀਵਾਲ ਤਹਿਸੀਲ ਆ ਸਰਗੋਧਾ ਦੀ ਉਸ ਸਕੂਲ ਦੇ ਵਿੱਚ ਸੋ ਅਗਲੀ ਵੀਡੀਓ 'ਚ ਲੈ ਕੇ ਜਾਵਾਂਗੇ ਤੁਹਾਨੂੰ ਉਹਨਾਂ ਦੇ ਪਿੰਡ ਬਦਰ ਪਾਉਣ ਉਹ ਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਬਾਅਦ ਸੋ ਚਲੀਏ ਆਪਾਂ ਬਜ਼ੁਰਗਾਂ ਨੂੰ ਲੈ ਕੇ ਸਕੂਲ ਦੇ ਵਿੱਚ ਜੀ ਪਹੁੰਚ ਗਏ ਆਪਾਂ ਸਕੂਲ ਸਕੂਲ ਤੇ ਜਿੱਥੇ ਪੜ੍ਹਦੇ ਰਹੇ ਇਹ ਤਾਂ ਇੱਥੇ ਜਿੱਥੇ ਸਕੂਲੋਂ ਨੇ ਪੜ੍ਹੇ ਹੁੰਦੇ ਸਦਕਾ ਹੀ ਉੱਥੇ ਪਹੁੰਚੇ ਹਾਂ ਇੱਥੇ ਟਿੱਕਰ ਦਾ ਪਿੰਡ ਤੇ ਚਾਰ ਦੀਵਾਰੀ
ਕਿੱਥੇ ਬੈਂਦੇ ਹੁੰਦੇ ਸੀ ਤੁਹਾਡੇ ਉਹ ਸਕੂਲ ਵਾਲੇ ਟੀਚਰ? ਇੱਥੇ ਅੰਦਰ ਹੀ ਪੜ੍ਹਾਈ ਅੰਦਰ ਹੀ ਹੁੰਦੀ ਸੀ। ਉਸਤਾਦ ਜ਼ਮਾਨ ਖਾਨ ਅਤੇ ਵੈਜ਼ ਬਖਸ਼, ਮੇਰੇ ਉਸਤਾਦ ਵੈਜ਼ ਬਖਸ਼ ਸਨ। ਜ਼ਮਾਨ ਖਾਨ ਵੱਡੇ ਉਸਤਾਦ ਸਨ ਅਤੇ ਮੈਨੂੰ ਪਤਾ ਲੱਗਿਆ ਵੀ ਵੈਜ਼ ਬਖਸ਼ ਦਾ ਪਰਿਵਾਰ ਜਿਹੜਾ ਹੈ ਪੂਲੇ 'ਚ ਪੂਲੇ ਦੇ ਆਇਆ ਨਾ, ਉਹਨੇ ਉਸ ਬੱਚੇ ਇਹ ਬੱਚੇ ਉਸ ਨਾਲ ਨਹੀਂ ਸੀ ਜੀ, ਇਹ ਹੁਣ ਇਹ ਬਾਅਦ 'ਚ ਬਣੀ ਹੋਈ ਮੈਂ। ਹਾਂ ਅੱਛਾ, ਕਿੱਕਰ ਦਾ ਦਰਖਤ ਸੀ ਅਤੇ ਉਹ ਸਕੂਲ ਦੇ ਪਿੱਛੇ ਨਾਲ ਸੀ ਜਿਹੜਾ ਪੁਰਾਣਾ ਸੀ। ਆਹ ਵੱਡਾ ਕਿੱਕਰ ਉਹ ਹੈ ਨਹੀਂ ਮੌਜੂਦ ਹੈ, ਸ਼ਹੀਦ ਹੈ, ਬਿਲਡਿੰਗ ਖੜੀ ਹੈ ਇੱਥੇ ਕਿੱਕਰ। ਅੱਛਾ ਹਾਂ, ਪਹਿਲਾਂ ਖੁੱਲ੍ਹਾ ਖੁੱਲ੍ਹਾ ਖੁੱਲ੍ਹਾ। ਹਾਂ ਐਪਰਾ ਸੀ, ਇੱਥੇ ਸੀ ਸਾਡੀ ਇਮਲਾ ਹੁੰਦੀ ਸੀ, ਇੱਥੇ ਦੂਜੀ ਅਤੇ ਤੀਜੀ ਜਮਾਤ ਦੀ। ਮੈਂ ਬੜੀ ਮਜ਼ੇਦਾਰ ਗੱਲ ਹੈਗੀ ਹੈ, ਇੱਥੇ ਬਿਠਾ ਕੇ ਸਾਡੀ ਇਮਲਾ ਹੁੰਦੀ ਸੀ ਦੋਨੋਂ, ਦੂਜੀ ਅਤੇ ਤੀਜੀ ਜਮਾਤ ਦੀ, ਅਤੇ ਇਮਲਾ ਕਰਾਉਂਦੇ ਸਨ ਵੈਦ ਬਖਸ਼ ਹੋਰੀ ਇਮਲਾ ਕਰਾਉਂਦੇ ਸਨ, ਉਹਨਾਂ ਉਹ ਦੂਜੀ ਜਮਾਤ ਨੂੰ ਪੜ੍ਹਾਉਂਦੇ ਸਨ ਅਤੇ ਤੀਜੀ ਨੂੰ ਜ਼ਮਾਨ ਖਾਨ ਪੜ੍ਹਾਉਂਦੇ ਸਨ, ਅਤੇ ਜਿਹਦੀ ਗਲਤੀਆਂ ਜ਼ਿਆਦਾ ਹੁੰਦੀਆਂ ਸਨ ਉਹਨਾਂ ਨੂੰ ਕੰਡ 'ਤੇ ਚੱਕਰ ਲਵਾਉਣੇ ਪੈਂਦੇ ਨੇ ਬਿਠਾ ਕੇ। ਅਤੇ ਮੈਂ ਇੱਥੇ ਚੰਗੀ ਤਰ੍ਹਾਂ ਯਾਦ ਹੈ ਵੀ ਇੱਥੇ ਬੈਠ ਕੇ ਇਮਲਾ, ਇੱਥੇ ਹੀ ਪਹਾੜੇ ਇਸੇ ਜਗ੍ਹਾ 'ਤੇ ਖਲੋ ਕੇ ਪਲਾੜੇ ਜਾਂ ਰਟਣਾ ਰਟਾਉਣੇ, ਅਤੇ ਇੱਥੇ ਸਾਡੀ ਇਮਲਾ ਹੋਣੀ। ਅੰਦਰ ਇੱਕ ਵੱਡਾ ਜਿਹੜਾ ਕਮਰਾ ਹੈ, ਇਹ ਵੱਡਾ ਵਾ, ਇਹ ਵੱਡਾ ਕਮਰਾ ਜਿਹੜਾ, ਇਹਦੇ ਵਿੱਚ ਜ਼ਮਾਨ ਖਾਨ ਖੱਬੇ ਪਾਸੇ ਬੈਠਦੇ ਸਨ। ਮੈਨੂੰ ਉਸਤਾਦ ਛਟਾਕੀ ਕਹਿੰਦੇ ਸੀ, ਮੇਰਾ ਵਜ਼ਨ ਛੋਟੇ ਦਾ ਹੁਣ ਵੀ ਕੱਦ ਬੁੱਤ ਮੇਰਾ ਉਨਾ ਹੀ ਹੈਗਾ, ਪਰ ਉਸ ਵੇਲੇ ਮੈਂ ਛੋਟਾ ਜਿਹਾ ਸੀ ਅਤੇ ਸਾਰੇ ਕਲਾਸ ਦੇ ਸ਼ਾਇਦ ਮੈਂ ਹੀ ਸਭ ਤੋਂ ਛੋਟਾ ਹੋਵਾਂ, ਅਤੇ ਮੈਨੂੰ ਉਸਤਾਦ ਸਾਹਿਬ ਬਸ ਛਟਾਕੀ ਕਰਕੇ ਬੁਲਾਉਂਦੇ ਹੁੰਦੇ ਸਨ। ਛਟਾਕੀ ਤੇਰਾ ਮੈਂ ਸਾਰੀਆਂ ਖਿੜਕੀਆਂ ਦਾ ਜਿਵੇਂ ਲੱਗਦਾ ਮੈਂ ਮੇਰੀ ਆਜ ਨਹੀਂ ਜਿੱਦੇ ਜਾਗਦੀ, ਅੱਜ ਮੇਰੇ ਸਾਹਮਣੇ ਬੋਲਦੀਆਂ ਪਈਆਂ ਖਿੜਕੀਆਂ। ਇੱਥੇ ਹੀ ਖਲੋ ਕੇ ਪਹਾੜੇ ਰਟਵਾਏ ਜਾਂਦੇ ਸਨ, ਇੱਥੇ ਬਿਠਾ ਕੇ ਇਮਲਾਂ ਲਿਖਾਈਆਂ ਜਾਂਦੀਆਂ ਸਨ, ਇੱਥੇ ਇੱਥੇ ਦੀ ਜਿਹੜੇ ਉਸਤਾਦਾਂ ਦੀ ਸ਼ਕਲਾਂ ਯਾਦ ਆ ਰਹੀਆਂ, ਜ਼ਿਹਨ ਦੇ ਵਿੱਚ ਵਸੀਆਂ ਬਚਪਨ। ਸਾਡਾ ਸਕੂਲ ਦਾ ਮੇਨ ਜਿਹੜਾ ਸੀ ਦਰਵਾਜ਼ਾ, ਅਤੇ ਇੱਥੇ ਖੱਬੇ ਪਾਸੇ ਅੰਦਰ ਜਿਹੜੇ ਸਨ ਉਸਤਾਦ ਜ਼ਮਾਨ ਖਾਨ ਬੈਠਦੇ ਹੁੰਦੇ ਸਨ, ਅਤੇ ਅੰਦਰ ਉੱਚੀਆਂ ਖਿੜਕੀਆਂ ਸਨ, ਉਹਦੇ ਚਿਟਕਣੀ ਲੱਗੀ ਹੋਈ ਸੀ, ਉਹ ਬੱਚੇ ਚੜ ਕੇ ਉੱਤੇ ਚਿਟਕਣੀ ਸੀ ਅਤੇ ਦਬਾ ਅੰਦਰੋਂ ਦੋ ਟੱਪ ਜਾਣਾ ਪੈਂਦਾ। ਹੁਣ ਪੁਰਾਣੇ ਨਾਂ ਦੇ ਸਕੂਲ ਨਹੀਂ ਹੈ, ਬਾਅਦ ਦੇ ਵਿੱਚ ਜਿਹੜੇ ਆ ਗਏ ਉਹਨਾਂ ਦਾ ਨਾਂ। ਚਲੋ ਉਹ ਕਲਾਸ ਰੂਮ 'ਚ ਮੈਂ ਚੱਲੀਏ ਜਿੱਥੇ ਪੜ੍ਹਦੇ ਰਹੇ, ਉਹੀ ਤਾਂ ਸਹੀ ਜਗ੍ਹਾ 'ਤੇ ਜਿੱਥੋਂ ਇਲਮ ਹਾਸਲ ਹੋਇਆ ਹੈ, ਉਹੀ ਤਾਂ ਮਾਸਟਰ ਉਸਤਾਦ। ਇੰਨਾ ਵੱਡਾ ਹੈ ਬਿਲਕੁਲ, ਇੱਥੇ ਇਸ ਜਗ੍ਹਾ 'ਤੇ ਜ਼ਮਾਨ ਖਾਨ ਸਾਹਿਬ ਬੈਠਦੇ ਹੁੰਦੇ ਸਨ, ਇੱਧਰ ਮੂੰਹ ਕਰੇ ਇੱਥੇ ਮੰਜਾ, ਇਹ ਖਿੜਕੀ ਦੇ ਖੁੱਲ੍ਹੀ ਨੀਂਗੇ ਹੁੰਦੇ ਸੀ, ਇੱਥੇ ਥੱਲੇ ਸ਼ੀਸ਼ੇ ਸਨ, ਇੱਥੇ ਥੱਲੋਂ ਲੋਹੇ ਦੀਆਂ ਫੱਟੀਆਂ ਲੱਗੀਆਂ ਨੇ, ਇੱਥੇ ਸਾਰੀ ਲਾਸਟ 'ਤੇ ਉਹਦੇ ਪਿਛਲੇ ਪਾਸੇ ਮਤਲਬ ਅੱਗੇ ਵੱਡੀਆਂ ਜਮਾਤਾਂ। ਕੱਪੜਾ ਰੱਖ ਕੇ ਕਾਲਾ ਕਰਕੇ
इलम हासिल हो इलम दे सर के ही बाकी बंदा तो लिखा रब सहना पैंदा नसीब इतने लै जान जाना नहीं पैंदा नसीब इतों लै गया पर लिखा पढ़िया इतों का ही काम आ रहा है जड़िया मैं तो सारी दुनिया के बच्चों माँ प्यो नूं यह अपील करा भी पढ़ाओ बच्चे अपने इलम दो इलम ही दुनिया की वह चीज़ है बच्चों को पर ले जा सकती वो जड़िया सख्तियाँ उस्तादों को रहमत कह के मानना चाहिए उस्तादों वास्ते बच्चे दुआवा करनी चाहिए। मैं अपने उस्तादों को याद करता हुआ उन्होंने हमेशा दिल च बसाया मैं बस वाहिद बख्श कभी भूल नहीं सकता जिस प्यार मुहब्बत ना पड़ा जमान खान मार वेख के भी वह भी याद है भी बच्चे मारते सन तो वाहिद बख्श जितने मैं पढ़िया से इक्के दो ही उस्ताद होंगे सन उन्होंने प्यार वो मैं भूलता नहीं कभी भी खिड़किया याद ने जी हाँ इत शीशे लगे होंगे से शीशे है सन इस थले शीशे सन इतने जाली तने का मन ध्यान नहीं है इत शीशे होंगे लम्बिया चिचकनिया सन अंदर ले पहले तशरीफ रखिए आप मालिक हैं इलम देते हैं दुनिया को इलम देते हैं। मेरा उस अपने उस्तादों के प्रति जिहड़ा प्यार एहसास जज्बा रिस्पैक्ट है वो मैं कभी हालांकि ये नहीं इस तो बाद मैं बाद पार्टीशन तो बाद ग्रेजुएशन की है सेंट्रल गवर्नमेंट जॉब भी की है आप ही मैं क्लास वन तक पहुँचे हूँ रिटायर तो हैं शेयर नहीं कर कौन से ईयर में आप यहाँ पे पढ़ते रहे बिफोर पार्टीशन बिफोर पार्टीशन इतने बड़े उस्ताद जमान खान होंगे सर अच्छा तो जेडे मेरे उस्ताद सर वाहिद बख्श सर अच्छा अच्छा वाहिद बख्श साहब को मैं पढ़े हूँ दो जमात इतों ही पास की ने कौन सी जगह पर आप रहते हैं इंडिया तो हूँ नहीं मैं तो कहना मैं सवाल का जवाब इस तरह नहीं देना चाहता इंडिया कितने है जड़िया तकसीम दिया जड़िया दीवारा है ना या लकीर कह लो वो बंदे दे जेन दे अंदर खिंचियां ने अंग्रेज लकीर खिंच गया भाई ये सब हिंदुस्तान का बंटवारा हो के पाकिस्तान हो गया वो हिंदुस्तान का हो गया लेकिन कुदरत दे जड़े लकीर ने वो नहीं खिंची हाँ, वो प्यार मोहब्बत हवा पानी वो लकीर आला नहीं पाइया गई ना हिंदुस्तान तो पा लकीर कोई नहीं है तो मैं तो हूँ अपने आप में मेरे बच्चे हो गए सैटल स्कैटर स्कैटर इतों गया तो हाल ही इन्हू अपना मुल्क समझना वड्डा मुल्क मेरा ये है जितों मैं निकल के गया दूजे मुल्क जाकर मैं पढ़िया जिते मैं कमाया नौकरी की है तो आप उतों कमा के नौकरी करके तो मेरे बच्चे पढ़ के एक कैनेडा च सैटल हो गया ये उतों का बेटे हैं आपके ये मेरे बेटा है सरब जी सर आपका क्या नाम है मेरा नाम बलवंत सिंह है तो यह तो हूँ तुम मेरी तो मैं कितने रहना तो मैं उसका जवाब दे रहा यह हूँ रहा कनाडा जी सर तो मैं इधर को जाके रहना एक बेटा मेरा सब छोटा अमरीका च हैगा उधर को जाके रहना वड्डा बेटा हाल ही भी इंडिया च हैगा नौकरी करता पेगा उतर रहना
ਤੋ ਮੇਰੇ ਤੇ ਵਾਸਤੇ ਤਾਂ ਲਕੀਰਾਂ ਕੋਈ ਨਹੀਂ ਹੋਣੀ ਭਾਈ, ਉਹ ਲਕੀਰਾਂ ਖਿੱਚੀਆਂ ਹੋਣ, ਉਹ ਖਿੱਚ ਕੇ ਹੋਣਗੇ ਜੀ। ਅਸੀਂ ਤਾਂ ਹੁਣ ਆਪਣੇ ਜਿਹੜੀ ਇਸ ਜਗ੍ਹਾ ਨੂੰ ਜਾਇ ਪੈਦਾਇਸ਼ 'ਤੇ ਆ ਕੇ ਜਿਹੜੀ ਖੁਸ਼ੀ ਹੈ, ਜਿਹੜੀ ਫਿਤਰਤ ਸਾਡੇ ਅੰਦਰ ਜਾਇ ਪੈਦਾਇਸ਼ ਦੀ ਹੈ, ਮਨਸ ਤਾਂ ਇਹ ਪਿਆਰ ਮੁਹੱਬਤ ਸਾਡੇ ਦਾ, ਪਿਆਰ ਮੁਹੱਬਤਾਂ ਵੰਡੋ ਅਤੇ ਮੁਹੱਬਤਾਂ ਕਾਇਮ ਰਹਿਣ। ਤੁਸੀਂ ਉਸਤਾਦਾਂ ਦੀ ਜਿਹੜੀ ਸਖਤੀ ਨੂੰ ਬਰਦਾਸ਼ਤ ਕਰੋ, ਮੈਂ ਇੱਕੋ ਹੀ ਗੱਲ ਕਹਿਣੀ ਹੈ, ਉਹ ਤੁਹਾਡੀਆਂ ਜ਼ਿੰਦਗੀਆਂ ਬਣਾ ਦੇਣਗੀਆਂ। ਮੈਂ ਵੀ ਇਸ ਸਕੂਲ ਦਾ ਪੜ੍ਹਿਆ ਬੱਚਾ ਹੈਗਾ, ਦੋ ਜਮਾਤਾਂ ਇੱਥੋਂ ਪੜ੍ਹ ਕੇ ਗਿਆ। ਉਹ ਜਿਹੜੀ ਸ਼ੁਰੂਆਤੀ ਇਲਮ ਹੈ, ਜਿਹੜੀ ਸ਼ੁਰੂਆਤੀ ਪੜ੍ਹਾਈ ਹੈ, ਉਹ ਤੁਹਾਡੀਆਂ ਉਚਾਈਆਂ ਤੱਕ ਲੈ ਜਾਂਦੀ ਹੈ। ਮੈਂ ਪਾਰਟੀਸ਼ਨ ਵੇਲੇ 1947 ਤੋਂ ਇੱਧਰੋਂ ਨਿਕਲ ਕੇ ਹਿੰਦੁਸਤਾਨ ਗਿਆ, ਉੱਥੇ ਜਾ ਕੇ ਗ੍ਰੈਜੂਏਸ਼ਨ ਕੀਤੀ ਹੈ, ਪੜ੍ਹਾਈ ਕੀਤੀ, ਅਤੇ ਅੱਜ ਮੇਰੇ ਅੱਗੋਂ ਜਿਹੜੀ ਜਨਰੇਸ਼ਨ ਹੈ ਉਹ ਦੂਜੇ ਮੁਲਕਾਂ 'ਚ ਸੈਟਲ ਹੋ ਜਾਂਦੀ ਹੈ। ਜੇ ਤੁਸੀਂ ਆਪ ਚੰਗਾ ਪੜ੍ਹੋਗੇ, ਆਪਣੀ ਜਨਰੇਸ਼ਨ ਨੂੰ ਆਉਣ ਵਾਲੀ ਅਤੇ ਮਾਂ ਬਾਪ ਦੀ ਸੇਵਾ ਕਰੋਗੇ, ਅਤੇ ਆਪਣੀ ਜਨਰੇਸ਼ਨ ਨੂੰ, ਕੌਮਾਂ ਨੂੰ, ਦੇਸ਼ ਨੂੰ ਵੀ ਸਾਂਭਲੋਗੇ। ਇੱਥੇ ਮੇਰਾ ਬੇਟਾ ਖੜ੍ਹਾ ਹੈ ਬਾਹਰ, ਮੈਨੂੰ ਉਹ ਲੈ ਕੈਨੇਡਾ ਤੋਂ ਇੱਥੇ ਲੈ ਕੇ ਆਇਆ। ਅਤੇ ਜਿਹੜੀ ਬੇਸਿਕ ਪੜ੍ਹਾਈ ਮੇਰੀ ਪੜ੍ਹਾਈ ਨੇ ਮੇਰੇ ਬੱਚੇ ਨੂੰ ਮਦਦ ਕੀਤੀ ਹੈ, ਉਹ ਪੜ੍ਹਨ ਤੋਂ ਬਾਅਦ ਮੈਨੂੰ ਘੁਮਾ ਰਿਹਾ। ਸੋ ਮੇਰੀ ਬੱਚੇ ਤੋਂ ਸਾਰਿਆਂ ਦੇ ਅੱਗੇ ਇੱਕੋ ਹੀ ਤਾਕੀਦ ਹੈ, ਉਸਤਾਦਾਂ ਦੀ ਇੱਜ਼ਤ ਕਰੋ, ਉਹਨਾਂ ਦੀਆਂ ਸਖਤੀਆਂ ਨੂੰ ਸਹੋ, ਉਹ ਤੁਹਾਡੀ ਭਲਾਈ ਵਾਸਤੇ ਹੈਗੇ ਨੇ। ਕਦੀ ਉਸਤਾਦ ਦੀ ਕਦੀ ਮਾੜੀ ਗੱਲ ਇਹ ਨਾ ਸਮਝੋ, ਉਹਨੂੰ ਥੱਪੜ ਮਾਰ ਕੇ ਉਸਤਾਦ ਨੂੰ ਕੁਛ ਨਹੀਂ ਮਿਲਦਾ, ਉਹ ਤੁਹਾਨੂੰ ਦਿੰਦਾ ਪਿਆ। ਇਲਮ ਹਾਸਲ ਕਰੋ ਔਰ ਉਚਾਈਆਂ ਛੂ, ਇਹ ਮੇਰੀ ਤੁਹਾਡੇ ਵਾਸਤੇ ਦੁਆ ਹੈ ਅੱਲਾਹ ਦੇ ਅੱਗੇ, ਕਿ ਖੂਬ ਪੜ੍ਹੋ, ਮਨ ਲਗਾ ਕੇ ਪੜ੍ਹੋ, ਅੱਗੇ ਵਧੋ। ਅੱਲਾਹ ਹਾਫਿਜ਼। ਆਪ ਜਿਨਕੋ ਬੋਲ ਰਹਾ ਹੂੰ ਵਹਾਂ ਤੋ ਬਿਲਕੁਲ ਆਪਕੀ ਤਾਦਾਦ ਕਮ ਥੀ, ਰਕਬਾ ਮੇਰੇ ਆਪ ਕਰੀਬ ਹੈ, ਸਿਰਫ 8-10 ਏਕੜ ਹੈ ਬਸ, ਇਸੇ ਜ਼ਿਆਦਾ ਨਹੀਂ ਹੈ। ਉਹ ਇੱਕ ਹੀ ਆਦਮੀ ਜੋ ਹੈ ਵੋ ਮੁਸਾਫਿਰ ਯਹਾਂ ਸੇ ਮੁਹਾਜਿਰ ਆਇਆ ਥਾ, ਫਕੀਰ ਮੇਂ ਉਸਕਾ ਨਾਮ ਥਾ। ਹਮ ਬੋਲਤੇ ਥੇ ਫੂਲਾ ਮੇਂ ਜ਼ਿਆਦਾ ਥੇ, ਹਿੰਦੂ ਵੀ ਥੇ, ਸਿੱਖ ਵੀ ਥੇ, ਲੇਕਿਨ ਪੱਧਰ ਬੋਣ ਮੇਂ ਆਪ ਬਿਲਕੁਲ ਤਾਦਾਦ ਕਮ ਥੀ। ਇੱਕ ਹਮਾਰਾ ਹੀ ਪਰਿਵਾਰ ਥਾ ਜਿਸਕੇ ਪਾਸ ਜ਼ਰਾਇਤ ਕਾ ਖੂਹ ਵੀ ਆਪਣਾ ਥਾ, ਬਿਲਕੁਲ, ਔਰ ਉਸਕੇ ਇਲਾਵਾ ਹਮਾਰੀ ਜੋ ਜ਼ਰਾਇਤ ਕੀ ਜ਼ਮੀਨ ਥੀ ਉਹ ਸ਼ੇਰਾਂ ਵਾਲੇ ਵਹਾਂ ਸੇ 8 ਮਰਬੇ ਜ਼ਮੀਨ ਥੀ ਵਹਾਂ। ਬਾਕੀ ਯਹਾਂ ਯੇ ਤਕਰੀਬਨ 8-10 ਏਕੜ ਹੈ, ਯੇ ਜਲਦੀ ਹਾਂ ਬਦਰ ਭੋਂ ਕੇ ਮਗਰਬ ਕੀ ਤਰਫ ਹੈ, ਬਬਰ ਹਾਂ ਉਹ ਨਥੋਕੇ ਕੀ ਤਰਫ, ਨਥੋਕਾ ਉਸ ਤਰਫ ਨਥੋਕਾ ਹੈ, ਨਥੋਕੇ ਸਾਹ ਦੇ ਤੇ ਮੁਝੇ ਆਪਣਾ ਬਚਪਨ ਉਹ ਖੂ ਖਜੀਆਂ ਦਾ ਬਾਗ ਉਹ ਸਭ ਯਾਦ ਹੈ ਤੁਹਾਡੀ ਨਿਕਲ ਮੈਂ ਫਨ।
ਜ਼ਰੇ ਨਾਲ ਵੀ ਹੈ ਅਤੇ ਉਸਤਾਦ ਵੀ ਉਨੀ ਜਗ੍ਹਾ ਆਪਣੇ ਸ਼ਾਗਿਰਦਾਂ ਨੂੰ ਦਿੰਦੇ ਨੇ ਮਨ 'ਤੇ ਬਹੁਤ ਵਧੀਆ ਕੀਤਾ ਸਹੀ ਰਾਤ ਨਗਰ ਆਉਂਦਾ।